ਮਲੇਰਕੋਟਲਾ ਦੇ ਨੇੜੇ ਗੱਜਣ ਮਾਜਰਾ ਵਿਖੇ ਸਕੂਲ ਵਿੱਚ ਪੇਂਡੂ ਮੇਲਾ ਲਗਾਇਆ ਗਿਆ, ਜਿਸ ਵਿੱਚ ਪੁਰਾਣੇ ਸੱਭਿਆਚਾਰਕ ਦੀ ਝਲਕ ਦੇਖਣ ਲਈ ਪਿੰਡਾਂ ਅਤੇ ਸ਼ਹਿਰਾਂ ਤੋਂ ਇਲਾਵਾ ਵਿਦੇਸ਼ਾਂ ਤੋਂ ਵੀ ਲੋਕ ਇੱਥੇ ਪਹੁੰਚੇ ਹੋਏ ਸਨ। ਇਸ ਪੇਂਡੂ ਮੇਲੇ ਵਿੱਚ ਛੋਟੇ ਬੱਚਿਆਂ ਤੋਂ ਲੈ ਕੇ ਵੱਡੇ ਬੱਚਿਆਂ ਵੱਲੋਂ ਗਿੱਧਾ, ਭੰਗੜਾ ਅਤੇ ਪੰਜਾਬੀ ਗੀਤ ਗਾਏ। ਉੱਥੇ ਹੀ ਵਿਦੇਸ਼ਾਂ ਦੀ ਧਰਤੀ ਤੋਂ ਵੀ ਪੁੱਜੇ NRI ਵੀਰਾਂ ਨੇ ਇਸ ਪੇਂਡੂ ਮੇਲੇ ਵਿੱਚ ਖੇਤੀਬਾੜੀ ਦੇ ਪੁਰਾਣੇ ਔਜ਼ਾਰ, ਚੱਕੀ ਚਲਾਉਂਦੇ, ਨੰਬਰਦਾਰਾਂ ਵਾਲੀ ਟੌਹਰ ਅਤੇ ਘਰਾਂ ਦੀ ਵਰਤੋਂ ਲਈ ਕੀਤੇ ਜਾਣ ਵਾਲੇ ਸਾਜੋ ਸਮਾਨ, ਵਿਆਹਾਂ ਵਿੱਚ ਵੱਜਣ ਵਾਲੇ ਲਾਊਡ ਸਪੀਕਰ ਤੋਂ ਇਲਾਵਾ ਹੋਰ ਵੀ ਖਤਮ ਹੁੰਦੀਆਂ ਜਾ ਰਹੀਆਂ ਸੱਭਿਆਚਾਰਕ ਵਸਤੂਆਂ ਦੀ ਪ੍ਰਦਰਸ਼ਨੀ ਦੇਖਣ ਲਈ ਸ਼ਿਰਕਤ ਕੀਤੀ। ਪ੍ਰਦਰਸ਼ਨੀ ਵਿੱਚ ਦੇਸ਼ ਵਿਦੇਸ਼ਾਂ ਤੋਂ ਪੁੱਜੇ ਲੋਕਾਂ ਨੇ ਸਾਡੀ ਟੀਮ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਾਨੂੰ ਇੱਥੇ ਆ ਕੇ ਸਾਡੇ ਪੁਰਾਣੇ ਦਿਨਾਂ ਦੀ ਯਾਦ ਤਾਜ਼ਾ ਕਰਵਾ ਦਿੱਤੀ ਹੈ। ਤੁਸੀਂ ਦੇਖ ਸਕਦੇ ਹੋ ਅੱਜ ਸਾਡੇ ਪਾਇਨੀਅਰ ਦੇ ਵਿੱਚ ਕਾਰਨੀਵਲ ਕਰਵਾਇਆ ਜਾ ਰਿਹਾ, ਜਿਹਦੇ ਵਿੱਚ ਇੱਕ ਤਰ੍ਹਾਂ ਦਾ ਮੇਲਾ ਲੱਗਿਆ ਹੈ ਅਤੇ ਹਰੇਕ ਸਟੂਡੈਂਟ ਦੇ ਪੇਰੈਂਟਸ ਨੇ ਜਿਹੜੇ ਉਹ ਆਏ ਨੇ, ਈਵਨ ਫੋਰਨ ਤੋਂ ਵੀ ਲੋਕ ਦੇਖਣ ਦੇ ਲਈ ਆਏ ਨੇ, ਜਿਹਦੇ ਵਿੱਚ ਸਾਨੂੰ ਪੁਰਾਣੇ ਸੱਭਿਆਚਾਰ ਬਾਰੇ ਜੋ ਕਿ ਅਲੋਪ ਹੋ ਚੁੱਕਿਆ ਪੰਜਾਬੀ ਸੱਭਿਆਚਾਰ ਦੇ ਨਾਲ ਜੋੜਿਆ ਗਿਆ, ਪਿੰਡਾਂ ਦੀ ਹਰ ਇੱਕ ਚੀਜ਼ ਜੋ ਅਲੋਪ ਹੋ ਚੁੱਕੀ ਹੈ ਅਤੇ ਬੱਚਿਆਂ ਨੂੰ ਦਿਖਾਈ ਗਈ ਹੈ, ਈਵਨ ਦੁਕਾਨਾਂ ਲੱਗੀਆਂ ਨੇ ਮੇਲੇ ਦੀ ਤਰ੍ਹਾਂ, ਮਤਲਬ ਜੋ ਸਾਡੇ ਹਾਲ ਵਗੈਰਾ ਜਿਨ੍ਹਾਂ ਬਾਰੇ ਅੱਜ ਦੀ ਯੂਥ ਨੂੰ ਨਹੀਂ ਪਤਾ, ਕੋਸ਼ਿਸ਼ ਕੀਤੀ ਗਈ ਹੈ ਕਿ ਬੱਚਿਆਂ ਨੂੰ ਹਰ ਇੱਕ ਚੀਜ਼ ਤੋਂ ਜਾਣੂ ਕਰਵਾਇਆ ਜਾ ਸਕੇ, ਸਾਡੇ ਪੰਜਾਬੀ ਸੱਭਿਆਚਾਰ ਨੂੰ, ਸਾਡੇ ਪਿਛੋਕੜ ਨੂੰ ਸੰਭਾਲ ਕੇ ਰੱਖਿਆ ਜਾ ਸਕੇ। ਆਪਣੀ ਨਵੀਂ ਪੀੜ੍ਹੀ ਨੂੰ ਪੁਰਾਣੇ ਇਤਿਹਾਸ ਨਾਲ ਜੋੜਨ ਦਾ ਅਤੇ ਨਿੱਕੇ ਨਿੱਕੇ ਬੱਚਿਆਂ ਨੂੰ ਟ੍ਰੇਨਡ ਕਰਕੇ ਸਟੇਜ 'ਤੇ ਉਹਨਾਂ ਨੂੰ ਪਰਫਾਰਮ ਕਰਨ ਦਾ ਮੌਕਾ ਦਿੱਤਾ, ਇਟ ਰੀਅਲੀ ਗੁੱਡ, ਐਪਰੀਸ਼ੀਏਬਲ। ਹਾਂਜੀ, ਅਸੀਂ ਤਾਂ ਜਾ ਕੇ ਨਿੱਕੇ ਬਚਪਨ ਦੀਆਂ ਗੱਲਾਂ ਯਾਦ ਕਰੀਆਂ ਜੀ, ਹਲ ਚਲਾਉਂਦੇ ਰਹੇ ਅਸੀਂ ਵੀ ਇਸ ਤਰ੍ਹਾਂ ਦੇ, ਅਤੇ ਇਟ ਰੀਅਲੀ ਗੁੱਡ, ਬਹੁਤ ਅੱਛੀ ਹੈ, ਪੁਰਾਣੀਆਂ ਯਾਦਾਂ ਤਾਜ਼ਾ। ਮੈਂ ਇੰਨਾ ਵਧੀਆ ਲੰਗਰ ਪ੍ਰੋਗਰਾਮ, ਮੇਰਾ ਦਿਲ ਕਰਦਾ ਸੀ ਕਿ ਮੈਂ 4-5 ਗੱਲਾਂ ਮੈਂ ਤੁਸੀਂ ਮੇਰੀ ਟੀਮ ਵੱਲੋਂ ਕਰਦੇ ਹੋ ਕਿ ਮੈਂ ਕੈਨੇਡਾ ਦੇ ਵਿੱਚ 20 ਸਾਲ ਦਾ ਮੈਂ ਰਹਿ ਰਿਹਾ, ਉੱਥੇ ਅਸੀਂ ਪ੍ਰੋਗਰਾਮ ਦੇਖਦੇ ਹਾਂ ਬੱਚਿਆਂ ਦੇ, ਇੱਥੇ ਵੀ ਸਕੂਲਾਂ ਦੇ ਬੱਚਿਆਂ ਦੇ ਪ੍ਰੈਸ ਸਕੂਲ ਦਾ ਪ੍ਰੋਗਰਾਮ ਦੇਖ ਕੇ ਮੈਨੂੰ ਇੰਨਾ ਆਨੰਦ ਆਇਆ, ਮੈਨੂੰ ਇੰਨੀ ਖੁਸ਼ੀ ਪ੍ਰਾਪਤ ਹੋਈ ਹੈ ਕਿ ਸਾਨੂੰ ਪੁਰਾਣੇ ਸੱਭਿਆਚਾਰ ਨਾਲ ਜੋੜਿਆ ਗਿਆ ਹੈ, ਮੈਨੂੰ ਮੇਰੇ ਲਈ ਇਸ ਤੋਂ ਵੱਧ ਖੁਸ਼ੀ ਕੋਈ ਹੋਰ ਨਹੀਂ ਹੋ ਸਕਦੀ। ਮਲੇਰਕੋਟਲਾ ਤੋਂ ਸੁੱਖਾ ਖਾਨ ਦੀ ਰਿਪੋਰਟ, ਚੈਨਲ 2।